Hey there. Subscribe to my channel. And also press this bell icon. So you never miss any new updates, cause whenever we upload new video you will get a notification on your phone. ਦੇਖੋ ਸੜਕਾਂ ਦੀ ਵੀ ਦਿੱਕਤ ਰੋਜ਼ ਰਹਿਣੀ ਆ ਅਤੇ ਕੰਮਾਂ ਦੀ ਵੀ ਦਿੱਕਤ ਰੋਜ਼ ਰਹਿਣੀ ਹੈ ਤਾਂ ਲਗਾਤਾਰ ਪ੍ਰੋਸੈਸ ਆ ਸੜਕ ਬਣਨੀ ਆ ਟੁੱਟਣੀ ਆ ਫਿਰ ਬਣਾਉਣੀ ਆ ਅਤੇ ਇਸ ਕਰਕੇ ਇਹ ਤਾਂ ਸਾਡੀ ਗਵਰਨਮੈਂਟ ਆ ਕਾਰਪੋਰੇਸ਼ਨ ਆ ਤਾਂ ਸਾਨੂੰ ਹੀ ਕਹਿਣਾ ਹੋਰ ਕਿਹਨੂੰ ਕਹਿਣਾ ਹੈ ਅਤੇ ਅਸੀਂ ਉਹ ਬਣਾਉਣੀਆਂ ਹੈ ਅਤੇ ਇਹ ਕੰਮ ਆ ਜਿਹੜਾ ਕਾਰਪੋਰੇਸ਼ਨ ਦਾ ਹੈ ਅਤੇ ਅੱਜ ਇਹਨਾਂ ਨੇ ਹੁਕਮ ਕੀਤਾ ਹੈ ਇਹਦਾ ਜਿਹੜਾ ਇਹ ਟੈਂਡਰ ਹੋ ਚੁੱਕਿਆ ਸੜਕ ਆ ਜਿਹੜੀ ਬਣਨੀ ਸ਼ੁਰੂ ਹੋ ਜਾਏਗੀ ਨਹੀਂ ਵੈਟਰ ਫੰਡ ਵੀ ਜਿਹੜਾ ਹੈ ਉਹ ਕਿਸੇ ਦਾ ਆ ਰਿਹਾ ਕਿਸੇ ਦਾ ਨਹੀਂ ਆ ਰਿਹਾ ਜਿਹਦਾ ਨਹੀਂ ਆਇਆ ਉਹ ਇਲੈਕਸ਼ਨ ਕੋਡ ਤੋਂ ਬਾਅਦ ਉਹਦਾ ਜਲਦੀ ਤੋਂ ਜਲਦੀ ਜਿਹੜਾ ਵੈਟ ਫੰਡ ਆ ਉਹ ਆ ਜਾਏਗਾ ਇਹ ਮੈਂ ਜ਼ਿੰਮੇਵਾਰੀ ਨਾ ਕਹਿੰਦਾ ਉਹ ਤਾਂ ਉਹ ਵੀ ਚੱਲ ਰਿਹਾ ਅਤੇ ਨਾਲੇ ਉਹ ਸੈਂਟਰ ਗਵਰਨਮੈਂਟ ਦਾ ਹੈ ਉਹ ਪੰਜਾਬ ਗਵਰਨਮੈਂਟ ਦਾ ਨਹੀਂ ਗਾ ਕਲੱਸਟਰ ਦਾ ਚਲੋ ਮੈਂ ਕਿਸੇ ਦੇ ਪਰਸਨਲ ਅੱਗੇ ਉਹਨਾਂ ਦੇ ਫੈਮਿਲੀ ਮੈਂਬਰ ਨੇ ਬੇਟੇ ਨੇ ਬੈਂਸ ਸਾਹਿਬ ਨਾਲ ਗੱਲ ਮੇਰੀ ਆਦਤ ਨਹੀਂ ਗੀ ਮੈਂ ਉਹਨਾਂ ਦੇ ਪਰਿਵਾਰ ਦੇ ਮੈਂਬਰ 'ਤੇ ਕੋਈ ਵੀ ਉਹਨਾਂ 'ਤੇ ਦੋਸ਼ ਲਾਵਾਂ ਆਰੋਪ ਲਾਵਾਂ ਉਹ ਸਾਡੇ ਬੱਚਿਆਂ ਵਰਗੇ ਆ ਮੈਂ ਇਸ ਲੈਵਲ 'ਤੇ ਨਹੀਂ ਜਾਣਾ ਕਿ ਮੈਂ ਉਹਨਾਂ ਦੇ ਫੈਮਿਲੀ ਮੈਂਬਰ ਜਾਂ ਬੱਚਿਆਂ 'ਤੇ ਕੋਈ ਗੱਲ ਕਰਾਂ ਉਹ ਕਈ ਉਹ ਵਿਰੋਧੀਆਂ ਦੇ ਕੰਮ ਆ ਉਹੀ ਬਣਾਉਣਗੇ ਇਹ ਕੰਮ ਮੇਰੀ ਨਹੀਂ ਬਣਾਈ ਸੀ ਪਿਛਲੇ ਹਫ਼ਤੇ ਅਤੇ ਇਹ ਰੋਜ਼ ਡੱਬ ਡੱਬ ਕਰਕੇ ਵੀਡੀਓ ਜਿਹੜੀਆਂ ਰੋਜ਼ ਹੀ ਆਉਣਗੀਆਂ ਇਹ ਹਾਰ ਦੀਆਂ ਨਿਸ਼ਾਨੀਆਂ ਘਬਰਾਹਟ ਦੀਆਂ ਨਿਸ਼ਾਨੀਆਂ ਹੈ ਇਹ ਵੀਡੀਓ ਜਿਹੜੀਆਂ ਬਣਾ ਇਹੋ ਜਿਹੀਆਂ ਬਣਾ ਬਣਾ ਡੱਬ ਕਰਕੇ ਪਾਉਣੀਆਂ ਹੀ ਪਾਉਣੀਆਂ ਉਹਨਾਂ ਨੇ ਗੁਰੂ ਗੁਟਕਾ ਸਾਹਿਬ ਤਾਂ ਆਪਾਂ ਰੋਜ਼ ਚੱਕਦੇ ਹਾਂ ਹੱਥ ਨਾਲ ਨਹੀਂ ਫਿਰ ਉਹਨਾਂ ਦੀ ਤਾਂ ਸਰਕਾਰ ਪਈ ਆ ਉਹ ਕਿਹੜਾ ਸਰਕਾਰ ਚਲੀ ਗਈ ਉਹਨਾਂ ਦੀ ਉਹਨਾਂ ਦੀ ਤਾਂ ਸਰਕਾਰ ਹਜੇ 3 ਸਾਲ ਤੋਂ ਉੱਤੇ ਸਮਾਂ ਟਾਈਮ ਪਿਆ ਕੋਈ ਬੇਅਦਬੀ ਕਹਿ ਗੁਰੂ ਦੇ ਪੰਨੇ ਪਾੜ ਕੇ ਤੁਸੀਂ ਗਲੀ ਗਲੀ 'ਚ ਅੰਗ ਖੰਡਾਏ ਤੁਸੀਂ ਗੁਰੂ ਗੁਟਕਾ ਸਾਹਿਬ ਨੂੰ ਉਹਨਾਂ ਨੇ ਸਿਰ ਨਾਲ ਲਾਇਆ ਉਹਨੂੰ ਬੇਅਦਬੀ ਕਹਿੰਦੇ ਹੋ ਸ਼ਰਮ ਦੀ ਗੱਲ ਆ ਇਹਨਾਂ ਦੇ ਲਈ ਕਸਮ ਪੂਰੀ ਕਰਨਗੇ ਕਸਮ ਤੋਂ ਭੱਜਦਾ ਕੌਣ ਆ